अक्सर देखा जाता है कि परदेस जाने लई पंजाब दे नौजवान हमेशा ही तैयार रहिंदे ने अते ओ अपने इस एम नू पूरा करन लई ट्रैवल एजेंट्स दे फेक प्रॉमिसेस ते विश्वास कर लैंदे ने। एक रीसेंट केस विच भी लुधियाना दे 6 नौजवान एक ट्रैवल एजेंट वालों ठगे गए। हियर इज अ रिपोर्ट। इस हफ्ते ह्यूमन ट्रैफिकिंग दा एक केस सामने आया है जिस विच फगवाड़ा दे एक ट्रैवल एजेंट ने लुधियाना दे 6 नौजवानों नू अपने ट्रैप विच लिता। पिछले साल लुधियाना दे 6 नौजवानों नू फगवाड़ा दे परमजीत टोनी ते बलदेव सिंह ने अपने बच्चा वांग दस के मलेशिया भेज दिता अते हर एक तो उन्होंने 1,25,000 रुपीज भी ले लेते। इस तो अलावा इन्हां ट्रैवल एजेंट्स ने इन्हां 6 नौजवानों नू मलेशिया विच नौकरी दवाण लई 70,000 रुपीज भी लेते। उथे इन्हां नौजवानों नू इको ही फैक्ट्री विच कम ते लवा दिता गया पर एक साल पूरा होने तो बाद इन्होंने जब अपना वर्क परमिट रिन्यू करवाने लिए एम्बेसी नू कांटेक्ट किया तो उन्होंने पता लग्या कि उन्होंने वर्क परमिट फेक है। हुण इन्हां नौजवानों दे फैमिली मेंबर्स ने पुलिस नू कांटेक्ट किया है। तकरीबन 1.5 से 2 साल हो चुके ने लुधियाना दे वख-वख खेत्र दे विच रहिंदे कुछ नड़े नौजवान सी तकरीबन 6 दी तादाद दे विच ओ मलेशिया गए ते ट्रैवल एजेंटा दे जरिए उन्हां दे मापिआं ने बच्चां नू बाहर भेजिआ। क्या इह गिआ सीगा कि उन्हां नू वर्क परमिट ते भेजिआ जा रिहा बट हुण पता चल रिहा है कि उन्हां नू जो वर्क परमिट लगाए गए सी ओ जाली सी फेक सीगे। सर की नाम है तुहाडा? मेरा सरजीत सिंह है। सरजीत जी तुसीं अपने बच्चे दे बारे दस्सो। मेरा बच्चे नाम है लखवीर सिंह ते अपने परमजीत पम्मा इत्थे उहदे रिश्तेदारी सी ਉਹ ਸਾਡੇ ਨਾਲ ਗੱਲ ਕੀਤੀ ਵੀ ਮਤਲਬ ਕਿ ਅਸੀਂ ਬੰਦੇ ਬਾਹਰ ਨੂੰ ਭੇਜਦੇ ਹਾਂ ਵੀ ਚੰਗੇ ਕੰਮ ਪੈਸੇ ਕਮਾ ਕੇ ਲਿਆਉਣਗੇ ਤੁਹਾਡੀ ਗਰੀਬੀ ਦੂਰ ਹੋ ਜਾਊਗੀ ਅਤੇ ਮੈਂ ਆਪਣੇ ਹਾਰਟ ਦਾ ਪੇਸ਼ੈਂਟ ਹਾਂ ਵੀ ਤੋਂ ਕੰਮ ਨਹੀਂ ਸੀ ਹੁੰਦਾ। ਚਲੋ ਉਹਦੀ ਗੱਲ ਅਸੀਂ ਮੰਨ ਲਈ ਰਿਸ਼ਤੇਦਾਰ ਤੋਂ ਪੈਸੇ ਚੱਕ ਕੇ ਕੁਛ ਆਪਣੇ ਕੋਲ ਕਰਕੇ 1,20,000 ਰੁਪਏ ਸਾਡੇ ਨਾਲ ਉਹਨੂੰ ਵਰਕ ਪਰਮਿਟ ਦਾ ਪੂਰੇ ਜਿਹੜੇ ਮਲੇਸ਼ੀਆ ਦੇ ਵਿੱਚ ਪੂਰੇ ਲੱਗਦਾ ਕੰਮ ਉਹਦਾ ਸਾਡੇ ਤੋਂ ਪੈਸੇ ਲਏ ਅਤੇ ਉਦੋਂ ਬਾਅਦ ਫਿਰ ਇੱਕ ਵਰਕ ਪਰਮਿਟ ਲੱਗਦਾ ਇੱਕ ਏਰੀਏ ਦਾ ਇੱਕ ਸ਼ਹਿਰ ਦਾ ਉਹਨਾਂ ਸਾਰਿਆਂ ਨੂੰ ਕਿਹਾ ਵੀ ਸਾਰੇ ਜਿੰਨੇ ਮਲੇਸ਼ੀਆ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਆ ਅਤੇ ਅਸੀਂ ਕੰਮ ਨੂੰ ਚੰਗਾ ਦਵਾਵਾਂਗੇ 15,000-20,000 ਰੁਪਇਆ ਹਰ ਮਹੀਨਾ ਤੁਹਾਨੂੰ ਪੇਮੈਂਟ ਭੇਜਿਆ ਕਰਨਗੇ ਅਤੇ ਰੋਟੀ ਪਾਣੀ ਦਾ ਵੀ ਖਰਚਾ ਚਲੋ ਆਪ ਕਰਨਗੇ ਉਹ ਅਤੇ ਬਾਕੀ ਪੈਸੇ ਭੇਜਣਗੇ ਅਤੇ ਇਹ ਜਿਸਲੇ ਇੱਧਰੋਂ ਇਹ ਗਏ ਅਤੇ ਉੱਧਰ ਜਾ ਕੇ 3-4 ਮਹੀਨੇ ਵਰਕ ਪਰਮਿਟ ਨਹੀਂ ਲਾ ਕੇ ਅਤੇ ਇੱਧਰ ਟੂਰਿਸਟ ਵੀਜ਼ੇ 'ਤੇ ਲੈ ਕੇ ਗਏ ਸੀਗੇ। ਸਰ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਅਮਰਜੀਤ ਹੈ ਜੀ। ਮੇਰੇ ਲੜਕੇ ਦਾ ਨਾਂ ਹੈ ਸੁਨੀਲ ਕੁਮਾਰ। ਰਿਸ਼ਤੇਦਾਰੀ ਸੀ ਇਹਨਾਂ 'ਤੇ ਅਸੀਂ ਭਰੋਸਾ ਕੀਤਾ ਤਾਂ ਅਸੀਂ ਬੱਚੇ ਬਾਹਰ ਭੇਜ ਦਿੱਤੇ ਜੋ ਇਹਨਾਂ ਨੇ ਕਿਹਾ ਸੀ ਲੇਕਿਨ ਜੋ ਇਹਨਾਂ ਸਾਡੇ ਨਾਲ ਗੱਲ ਕੀਤੀ ਸੀ ਉਹ ਖਰੇ ਨਹੀਂ ਉਤਰੇ। ਮਤਲਬ ਪਰਮਿਟ ਦੀ ਗੱਲ ਸੀ ਵੀ ਉੱਧਰ ਲਵਾ ਕੇ ਦੇਵਾਂਗੇ ਪਰਮਿਟ ਜਦੋਂ ਸਾਲ ਬਾਅਦ ਇਹ ਲਵਾਏ ਮਤਲਬ ਗਏ ਨਿਊ ਕਰਾਉਣ ਗਏ ਤਾਂ ਉੱਥੇ ਇਹ ਕਹਿੰਦੇ ਨਕਲੀ ਵੀ ਕਿਹਦੇ ਕੋਲੋਂ ਆਇਆ ਉੱਥੋਂ ਫਿਰ ਮਤਲਬ ਰੌਲਾ ਪੈ ਗਿਆ। ਬੱਚਿਆਂ ਨੇ ਕਿਹਾ ਵੀ ਸਾਨੂੰ ਤੁਸੀਂ ਇੱਧਰੋਂ ਪੈਸੇ ਪਾਓ ਤਾਂ ਅਸੀਂ ਤਾਂ ਇੱਧਰ ਆ ਸਕਦੇ ਹਾਂ। ਤੇ ਤੁਸੀਂ ਸਰ ਇਹ ਦੱਸੋ ਕਿ ਕੀ ਉਹਨਾਂ ਦਾ ਨਾਮ ਹੈ ਤੇ ਤੁਹਾਨੂੰ ਕੀ ਲੱਗਦਾ ਸੀਗਾ ਕਿ ਜਿਨ੍ਹਾਂ ਦੇ ਜ਼ਰੀਏ ਤੁਸੀਂ ਭੇਜ ਰਹੇ ਹੋ ਆਪਣੇ ਘਰਦਿਆਂ ਨੂੰ ਕਿ ਉਹ ਸਹੀ ਬੰਦੇ ਨੇ? ਤੁਸੀਂ ਕੀ ਪੁੱਛ ਪੜਤਾਲ ਕੀਤੀ ਸੀ ਭੇਜਣ ਤੋਂ ਪਹਿਲਾਂ? ਇਹ ਜਦੋਂ ਪਹਿਲਾਂ ਮੁੰਡੇ ਗਏ ਨਾ ਆਪਣੇ 5-7 ਮੁੰਡੇ ਗਏ ਜੀ ਉਹਨੇ ਜਾ ਕੇ ਦੱਸਿਆ ਵੀ ਚਲੋ ਤੁਸੀਂ ਭੇਜ ਦਿਓ ਵੀ ਇਹ ਵਰਕ ਬੰਦਾ ਨਹੀਂ ਸਾਨੂੰ ਮਹੀਨੇ 'ਚ ਲਵਾ ਕੇ ਦੇ ਰਹੇ ਆ ਵੀ ਤੁਸੀਂ ਜਿੰਨੀ ਵੀ ਛੇਤੀ ਉਹਦਾ ਮੁੰਡੇ ਭੇਜ ਦਿਓ ਆਪਣੇ। ਅਸੀਂ ਮੁੰਡੇ ਚਲੋ ਭੇਜਤੇ ਰਿਸ਼ਤੇਦਾਰੀ ਸੀਗੀ ਅਤੇ ਉਸ ਤੋਂ ਬਾਅਦ ਜਦੋਂ 3-4 ਮਹੀਨੇ ਬਾਅਦ ਪਤਾ ਲੱਗਾ ਮੁੰਡਿਆਂ ਦਾ ਜਿੱਦਾਂ ਟਾਈਮ ਬੀਤਦਾ ਰਿਹਾ ਉੱਥੇ ਇਹਨੂੰ 1.5 ਮਹੀਨਾ ਕਿ 2 ਮਹੀਨੇ ਵਰਕ ਪਰਮਿਟ ਨਹੀਂ ਮਿਲੇ ਅਤੇ ਉਸ ਤੋਂ ਬਾਅਦ ਜਿਹਦੇ ਤਾਂ ਪਰਮਿਟ ਮਿਲਣਾ ਮੁੰਡੇ ਉਹਨਾਂ ਤੋਂ ਫਰਾਰ ਹੋ ਗਏ ਕੰਮ ਰਾਤ ਨੂੰ ਕਰਾਉਂਦੇ ਸੀ ਪੈਸੇ ਆਪ ਲੈ ਲੈਂਦੇ ਮੁੰਡਿਆਂ ਤੋਂ। ਇਹ ਦੱਸੋ ਅੱਜ ਤੁਹਾਡੇ ਬੱਚੇ ਕਿਸ ਹਾਲਾਤ ਦੇ ਵਿੱਚ ਨੇ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ? ਕਈ ਵਾਰੀ ਹੁਣ ਤਾਂ ਫੋਨ ਤੱਕ ਨਹੀਂ ਆਉਂਦੇ ਉਹਨਾਂ ਦੇ ਉਹਨੇ ਪਹਿਲਾਂ ਇਹੀ ਕਿਹਾ ਸੀ ਮਤਲਬ ਕਿ ਅਸੀਂ ਪੈਸੇ ਸਾਨੂੰ ਭੇਜੋ ਅਤੇ ਅਸੀਂ ਫਿਰ ਵਾਪਸ ਆ ਜਾਵਾਂਗੇ ਅਤੇ ਗੁਰਦੁਆਰੇ ਰੋਟੀ ਖਾਂਦੇ ਸੀ ਕਿ ਵੀ ਰੋਟੀ ਮਿਲਦੀ ਵੀ ਨਹੀਂ ਸੀਗੀ ਭੁੱਖੇ ਰਹਿੰਦੇ ਸੀਗੇ ਅਤੇ ਹੁਣ ਤਾਂ ਫੋਨ ਵੀ ਨਹੀਂ ਆਉਂਦੇ ਪਹਿਲਾਂ ਫੋਨ ਕਿਤੇ ਕਿਤੇ ਆ ਜਾਂਦਾ ਸੀ। ਹਾਲਤ ਘਰ ਦੀ ਅੱਜ ਕਿਸ ਤਰ੍ਹਾਂ ਹੈ? ਕੁਛ ਸਹਾਰਾ ਮਿਲਿਆ ਉਦੋਂ ਦਾ ਕਿ ਹਾਲੇ ਵੀ ਕਰਜ਼ਾ ਲੈ ਕੇ ਭੇਜਿਆ ਸੀਗਾ ਤੇ ਕਿਸ ਤਰ੍ਹਾਂ ਦੀ ਹਾਲਤ ਹੈ? ਨਹੀਂ ਕਰਜ਼ਾ ਲੈ ਕੇ ਮਤਲਬ ਭੇਜਿਆ ਸੀਗਾ ਤੇ ਕਰਜ਼ਾ ਹਜੇ ਉਹ ਸਿਰੇ ਚੜਿਆ ਹੈ ਕਿਉਂ ਮੈਂ ਤਾਂ ਬਿਮਾਰ ਰਹਿੰਦਾ ਵਾਂ ਬੀਪੀ ਦਾ ਮੇਰਾ 200 ਤਾਂ ਬੀਪੀ ਵੱਧ ਜਾਂਦਾ ਜਦ ਦਾ ਇਹ ਭੇਜਿਆ ਸੋ ਬੀਪੀ ਹੋਰ ਜ਼ਿਆਦਾ ਵੱਧ ਗਿਆ ਮੇਰਾ। ਸਰ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਸ ਹੈ ਕਿ ਕਿਸ ਤਰ੍ਹਾਂ ਬੱਚੇ ਆਣਗੇ ਕੀ ਸੰਪਰਕ ਕਿਸ ਨਾਲ ਰਾਬਤਾ ਕਾਇਮ ਕੀਤਾ ਕਿ ਪੁਲਿਸ ਕੋਲ ਗਏ ਕਿਸੇ ਨੇਤਾ ਕੋਲ ਗਏ ਕਿਸੇ ਦੇ ਕੋਲੋਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਆਸ ਬੱਝੀ ਕੋਈ? ਆਸ ਤਾਂ ਹੁਣ ਆਇਆ ਮਤਲਬ ਕਿ ਅਸੀਂ ਆਪਣੀ ਕੰਪਲੇਂਟ ਲਿਖਾਈ ਸੀਗੀ ਅਤੇ ਉਹ 'ਤੇ ਹੁਣ ਕਾਰਵਾਈ ਚੱਲਦੀ ਦੇਖੋ ਅੱਗੇ ਹੁਣ ਪੁਲਿਸ ਕੀ ਕਰਦੀ ਹੈ ਉਹਨਾਂ ਨੂੰ ਪੁੱਛ ਪੜਤਾਲ ਕਰਦੀ ਹੈ ਕਿ ਨਹੀਂ ਕਰਦੀ। ਸਾਫ਼ ਸਾਫ਼ ਤੁਸੀਂ ਵੇਖ ਸਕਦੇ ਹੋ ਜਿਵੇਂ ਇਹਨਾਂ ਦਾ ਕਹਿਣਾ ਹੈ ਕਿ ਪੁੱਛ ਪੜਤਾਲ ਪਹਿਲੇ ਨਹੀਂ ਕੀਤੀ ਕਿਸੇ ਦੇ ਵਿਸ਼ਵਾਸ ਤੇ ਇਹਨਾਂ ਦੇ ਨਜ਼ਦੀਕੀ ਦੇ ਵਿਸ਼ਵਾਸ ਦੇ ਉੱਪਰ ਇਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀਗਾ। ਤਕਰੀਬਨ 6 ਬੱਚੇ ਨੇ ਜੋ ਇਹਨਾਂ ਦੇ ਬਾਹਰ ਨੇ ਅੱਜ ਉਹ ਉੱਥੇ ਲੁਕ ਛਿਪ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਰੋਟੀ ਕਮਾ ਰਹੇ ਨੇ ਪਰ ਵਾਪਸ ਆਉਣ ਦੀ ਇਹਨਾਂ ਨੂੰ ਇੱਕ ਆਸ ਹੈ ਕਿ ਸਰਕਾਰ ਕਿਤੇ ਨਾ ਕਿਤੇ ਅਗਰ ਧਿਆਨ ਦੇਵੇ ਤਾਂ ਇਹ ਬੱਚੇ ਵਾਪਸ ਆ ਸਕਦੇ ਨੇ। ਲੁਧਿਆਣਾ ਤੋਂ ਕੈਮਰਾ ਪਰਸਨ ਜਸਵੀਰ ਬਰਾੜ ਦੇ ਨਾਲ ਗੌਰਵ ਵਾਲੀਆ ਟੀਐਨਆਈਟ ਨਿਊਜ਼। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਚੰਡੀਗੜ੍ਹ ਦੇ ਲਾਇਰ ਅਨਿਲ ਮਲਹੋਤਰਾ ਵੱਲੋਂ ਲਿਖੀ ਬੁੱਕਸ ਇੰਡੀਅਨਸ ਐਨਆਰਆਈਜ਼ ਐਂਡ ਦ ਲਾਅ ਨੂੰ ਇਸ ਹਫਤੇ ਨਿਊ ਦਿੱਲੀ ਵਿੱਚ ਰਿਲੀਜ਼ ਕੀਤਾ।
चंडीगढ़ बेस्ड लॉयर वालों लिखी किताब इंडियंस एनआरआईज एंड द लॉज द मेन फोकस है एनआरआईज वालों फेस कीतियां जा रही हैं प्रॉब्लम्स एंड सॉल्यूशंस द बुक वाज लॉन्च्ड एट द ब्रिटिश हाई कमिश्नर रिचर्ड स्टैग्स रेजिडेंस इन न्यू दिल्ली इट हैज 35 स्मॉल पीसेस एंड 9 बिग पीसेस सो डिपेंडिंग ऑन द रीडर कंसर्न whoever is looking for limited information or simply to find out his position can go through the shorter pieces but somebody who needs case references more details he can delve into the details in the longer chapters so this book is actually meant for the lay reader for the qualified lawyer for a court an honorable judge कैनेडियन डिप्टी हाई कमिश्नर ने कहा कि कनाडा विच रह रहे इंडियंस नु इस तरह दी ही एक किताब दी जरूरत सी 1.2 million Canadians are of Indian origin and we have a small population of 34 million so 1 in 34 Canadians is of Indian origin and those people have families back in India have a lot of business connections with India and therefore what you see is a lot of Canadians of Indian origin NRIs travel back and forth between the two countries and that's very good for both countries that brings our two countries closer together through that people to people connection and it's important for those Canadians of Indian origin to understand what their legal rights and obligations are so a book like this can set that clear for them and make sure that they're able to conduct their business and their family business and have the kind of associations that are important to India and to Canada through those people to people links and that that they have a good clear understanding of how the law applies to them ਉਹ ਤੇ ਮੌਜੂਦ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਇਸ ਬੁੱਕ ਵਿੱਚ ਡਿਸਕਸਡ ਇਸ਼ੂਜ਼ ਦੇ ਸੈਟੀਸਫੈਕਟਰੀ ਸੋਲੂਸ਼ਨਸ ਹਨ ਨਿਊ ਦਿੱਲੀ ਤੋਂ ਕੈਮਰਾ ਪਰਸਨ ਨਸੀਬ ਸਿੰਘ ਅਤੇ ਰਸ਼ਪਾਲ ਦਸਕੋਤਰਾ ਦੇ ਨਾਲ ਅਵਨੀਤ ਅਰੋੜਾ ਡੇ ਐਂਡ ਨਾਈਟ ਨਿਊਜ਼ And it's time for us to slip into another short break. At the break, to baad milange NRI Sukhdarshan Taliwal, jo ki poetry nu bahana bana jude apne desh Punjab naal. Welcome back to Home Abroad. Hun khabar Yuba City, California ton where Sikhs converged for Nagar Kirtan. Is Nagar Kirtan nu dekh inj lag reha si jivein ki Punjabiyan ne USA di streets apne desh Punjab de rang vich rang ditta hove. Yuba City, America vich organized Nagar Kirtan vich North America, Europe ate India to aaye Sikhan ne vadh chadh ke hissa liya. Ethe organized Nagar Kirtan seva te simran di ik alag hi misal baniya hai Nagar Kirtan. With the turbans carpeting the entire horizon, enthusiasm marked the ceremony. ਹੁਣ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਜਿੱਥੇ ਕਿ ਗੱਤਕਾ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਗਿਆ ਦ 9th ਐਨੂਅਲ ਯੂਥ ਟੁਕ ਪਲੇਸ ਇਨ ਸੈਨ ਹੋਜ਼ੇ ਕੈਲੀਫੋਰਨੀਆ ਫਾਰ ਦ ਫਰਸਟ ਟਾਈਮ ਪਹਿਲਾ ਭੰਗੜਾ ਤੇ ਫਿਰ ਕਬੱਡੀ ਤੇ ਹੁਣ ਗੱਤਕਾ ਪ੍ਰਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਨੇ ਆਪਣਾ ਰੰਗ ਬਖੇਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਹਫਤੇ ਕੈਲੀਫੋਰਨੀਆ ਵਿੱਚ ਆਰਗੇਨਾਈਜ਼ ਕੀਤਾ ਗਿਆ ਇੰਟਰਨੈਸ਼ਨਲ ਗੱਤਕਾ ਕੰਪੀਟੀਸ਼ਨ Youth is an internationally recognized Gatka competition held once in a year in different parts of the world. The is saal California de lokan layi eh pehla mauka si. Is competition da main aim si Gatke nu preserve karna. Youth 2011 vich India, New York, Vancouver, Toronto ate California to players ne participate kita. Sikhs of all ages wearing blue, orange and white dastars participated in the tournament. Bureau Report, Day and Night News. Now if there is anything that can always touch your heart unconditionally, it's your roots. Ate is karan Punjab to videsh gaye NRIs apniyan roots naal jude rehen da bahana labh hi lende ne. Ek ajehi NRI ne Sukhdarshan Taliwal jinna ne poetry nu bahana labh apni mitti di khushbu nu pahunchaya Americans tak. ਭੁਲੇਖੇ ਨਾਲ ਜੇ ਮੈਂ ਯਾਦ ਆਇਆ ਤਾਂ ਲਿਖੀ ਮੈਨੂੰ ਕਿਤੇ ਮਹਿੰਦੀ ਦੇ ਰੰਗਾਂ ਨੇ ਜਲਾਇਆ ਤਾਂ ਲਿਖੀ ਮੈਨੂੰ ਹਵਾ ਦੇ ਵਾਂਗ ਮੈਂ ਵੀ ਇੱਕ ਭਟਕਦਾ ਖਾਬ ਸੀ ਤੇਰਾ ਕਦੇ ਇਸ ਨੇ ਅਚਾਨਕ ਆ ਜਗਾਇਆ ਤਾਂ ਲਿਖੀ ਮੈਨੂੰ ਪੰਜਾਬ ਦੇ ਲੋਹਾਰਾ ਪਿੰਡ ਤੋਂ ਅਮਰੀਕਾ ਗਏ ਸੁਖਦਰਸ਼ਨ ਧਾਲੀਵਾਲ ਨੇ ਆਪਣੀ ਇਸ ਕਵਿਤਾ ਵਿੱਚ ਵਿਰਹ ਨੂੰ ਬਿਆਨ ਕੀਤਾ ਹੈ
ਅਤੇ ਆਪਣੇ ਪੰਜਾਬ ਲਈ ਕੁਝ ਅਜਿਹੇ ਹੀ ਮਹਿਸੂਸ ਕਰਦੇ ਇਸ ਐਨਆਰਆਈ ਨੇ ਆਪਣੀ ਪੋਇਟਰੀ ਰਾਹੀਂ ਕਈ ਲੋਕਾਂ ਦਾ ਦਿਲ ਜਿੱਤ ਕਾਫੀ ਨਾਮ ਵੀ ਕਮਾਇਆ ਹੈ। ਸ਼ਬਦਾਂ ਦੇ ਦਿਲ ਨਿਵਾਸ ਰੰਗਾਂ ਵਿੱਚੋਂ ਕਿਹੜੀਆਂ ਰੰਗਾਂ ਨਾਲ ਚਿੱਤਰਾਂ ਤਸਵੀਰ ਮੈਂ ਆਪਣੀ ਕਵਿਤਾ ਦੇ ਸਫ਼ਰ ਦੀ ਕਿਸ ਤਰ੍ਹਾਂ ਪੜਾ ਮੈਂ ਆਪਣੇ ਜਜ਼ਬਾਤ ਦੀ ਮਹਿਕ ਕਿਵੇਂ ਸੁਣਾਵਾਂ ਮੈਂ ਆਪਣੀ ਕਵਿਤਾ ਦੀ ਆਵਾਜ਼ ਆਪਣੇ ਸ਼ਬਦਾਂ ਦੀ ਹੋਇਆ ਰਾਹੀਂ ਅਹਿਸਾਸ ਦੇ ਪਰਮ ਨਸ਼ੇ ਵਿੱਚ ਡੁੱਬੀ ਹੋਈ ਨਜ਼ਰ ਵਿੱਚੋਂ ਕਿਹੜੀ ਦ੍ਰਿਸ਼ਟੀ ਨਾਲ ਤਰਾਸ਼ਾਂ ਮੂਰਤੀ ਮੈਂ ਆਪਣੀ ਕਵਿਤਾ ਦੇ ਸਫ਼ਰ Born in Lohara village of Punjab, Sudarshan Taliwal, 1978, which US chale gaye. Mechanical engineer by profession, Sudarshan Taliwal is a contemporary author of ghazal poetry in English, Punjabi and Urdu. Sudarshan Taliwal, mid-1980s, which Punjabi poetry ate, 2005, which unhone English which ghazlaan likhniyan shuru kitiyan. And finally, in 2009, he published a collection of ghazals written in English named Ghazals at Twilight. सब तो मेरी जी पहली किताब 1984 के पब्लिकल बारे बाहर आई है वो भी हंजुआ की आवाज़ दूसरी मेरी वो पंजाबी हैगी किताब दूसरी है सतरंगे लफज तीसरी किताब है मेरी सच के सन्मुख ये पंजाबी की किताब है चौथी किताब है जो वो गजल्स इन इंग्लिश है वह टाइटल है गजल्स एट ट्वाइलाइट पंजाबी दे विच गजल लिखी जाती है उर्दू दे विच गजल लिखी जाती है हिंदी गुजराती मराठी दे विच लिखी जाती है तो क्यों नहीं यह गज़ल इंग्लिश के लिखी जा सकती तो उस तो मैं अपने आप में अपने आप में चैलेंज किया भी मैं यह गज़ल इंग्लिश में गज़ल जरूर लिखनी है। Some of his Punjabi ghazals have been set to music and sung by famous singer Jagjit Singh Zirve under the Rubru album. क्यों न मिलता किसी री नजर विच अमन क्यों न मिलता किसी री नजर विच अमन वग रही रोस विच है तड़प दी पवन वग रही रोस विच है तड़प दी पवन क्यों ना मिलदा किसेरी नजर विच अमन क्यों ना मिलदा पंजाब दे कल्चर नू सेलिब्रेट करन दा एम रखदे होए साल 2005 विच सुदर्शन तालीवाल ने अमेरिका दे कैंसस सिटी विच पंजाबी कल्चरल सोसाइटी नाम दी एक ऑर्गेनाइजेशन भी शुरू कीती। सुदर्शन हैज गॉन अ लॉन्ग वे इन दिस डायरेक्शन। ही हैंडल्स द ट्रेडिशनल फॉर्म्स एड्रॉइटली एंड लिरिकली। मोगा तो सूरज जैन दे नाल सुखमणि कौर डीएन नाइट न्यूज। कि जिमें प्यार की गहराई में शब्दों नापया नहीं जा सकता उस तरह अंतस में बिखरी हुई अनुभव की झरनाहट में भी शब्दों की पकड़ में नहीं लिया जा सकता इसलिए मेरा यह सफर अधूरा रहा है। And with that, it's a wrap on this edition of Home Abroad. For feedback and suggestions, you can write to us at editor@dayandnightnews.com or you can call us at 0172-5043-747. You can also SMS us at 981-560-6061. For latest news and updates, keep watching Day and Night News. Thank you for watching.